ਆਏ ਦਿਨ ਲੁਟੇਰਿਆਂ ਦੇ ਵੱਲੋਂ ਹੁਣ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੈਸੇ ਲੁੱਟੇ ਗਏ ਤਾਂ ਠੀਕ, ਨਹੀਂ ਤਾਂ ਤੇਲ ਪਵਾ ਕੇ ਹੀ ਉੱਥੋਂ ਫਰਾਰ ਹੋਣ ਲੱਗ ਗਏ ਨੇ। ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਾਰ ਚਾਲਕਾਂ ਦੇ ਵੱਲੋਂ 2100 ਰੁਪਏ ਦਾ ਤੇਲ ਤਾਂ ਪਵਾ ਲਿਆ ਗਿਆ, ਪਰ ਜਦੋਂ ਪੈਸੇ ਦੇਣ ਦਾ ਸਮਾਂ ਆਇਆ, ਜਿਵੇਂ ਹੀ ਇਸ ਪੰਪ ਦੇ ਕਰਿੰਦੇ ਨੇ ਇਸ ਪੈਟਰੋਲ ਦੀ ਟੈਂਕੀ ਚੋਂ ਪਾਈਪ ਬਾਹਰ ਕੱਢੀ ਤਾਂ ਤੁਰੰਤ ਕਾਰ ਚਾਲਕ ਉੱਥੋਂ ਕਾਰ ਭਜਾ ਕੇ ਫਰਾਰ ਹੋ ਗਏ। ਕਰਿੰਦੇ ਦੇ ਵੱਲੋਂ ਪਿੱਛਾ ਵੀ ਕੀਤਾ ਜਾਂਦਾ ਹੈ, ਬਲਕਿ ਇੱਟ ਵੀ ਮਾਰੀ ਜਾਂਦੀ ਹੈ ਜਿਸ ਕਰਕੇ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਜਾਂਦਾ ਹੈ, ਪਰ ਫਿਰ ਵੀ ਇਹ ਕਾਰ ਚਾਲਕ ਰੁਕਦੇ ਨਹੀਂ, ਉੱਥੋਂ ਫਰਾਰ ਹੋ ਜਾਂਦੇ ਨੇ। ਕਰਿੰਦੇ ਦੇ ਵੱਲੋਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਹੱਥ ਨਹੀਂ ਆਉਂਦੇ ਨੇ। ਦੱਸਦੇ ਕਿ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਸੰਗਰੂਰ ਦੇ ਵਿੱਚ ਹੀ ਗਰਗ ਪੈਟਰੋਲ ਪੰਪ ਇਹ ਦੱਸਿਆ ਜਾ ਰਿਹਾ ਹੈ, ਜਿੱਥੇ ਕਾਰ ਚਾਲਕ ਆਉਂਦੇ ਨੇ 2100 ਰੁਪਏ ਦਾ ਤੇਲ ਪਵਾਉਂਦੇ ਨੇ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਕੈਮਰੇ ਦੀਆਂ, ਜਿਸ ਵਿੱਚ ਇਹ ਕਾਰ ਚਾਲਕ ਜੋ ਕਿ ਪੈਟਰੋਲ ਪਵਾ ਰਹੇ ਹੁੰਦੇ ਨੇ, ਤਾਂ ਕਰਿੰਦਾ ਜਿਵੇਂ ਹੀ ਪੈਟਰੋਲ ਭਰਨ ਤੋਂ ਬਾਅਦ ਪਾਈਪ ਬਾਹਰ ਕੱਢਦਾ ਹੈ, ਤਾਂ ਇਹ ਕਾਰ ਚਾਲਕ ਮੌਕਾ ਦੇ ਕੇ ਉੱਥੋਂ ਗੱਡੀ ਭਜਾ ਲੈਂਦੇ ਨੇ। ਕਰਿੰਦੇ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਅਤੇ ਇੱਟ ਉਹਦੇ ਹੱਥ 'ਚ ਆਉਂਦੀ ਹੈ, ਤਾਂ ਉਹ ਇੱਟ ਮਾਰਦਾ ਹੈ ਜੋ ਇਸ ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਲੱਗਦੀ ਹੈ। ਸ਼ੀਸ਼ਾ ਭੰਨਿਆ ਜਾਂਦਾ, ਪਰ ਫਿਰ ਵੀ ਇਹ ਕਾਰ ਚਾਲਕ ਰੁਕਦੇ ਨਹੀਂ, ਬਲਕਿ ਉੱਥੋਂ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਇੱਥੇ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ, ਬਲਕਿ ਇਸ ਤੋਂ ਪਹਿਲੇ ਵੀ 3 ਵਾਰ ਅਜਿਹਾ ਹੋ ਚੁੱਕਿਆ ਹੈ ਕਿ ਉਸਦੇ ਪੈਟਰੋਲ ਪੰਪ 'ਤੇ ਇਸੇ ਤਰ੍ਹਾਂ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਵਾਰ ਵੀ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਹਨਾਂ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। 10:30 ਵਜੇ ਦੇ ਕਰੀਬ ਹੁੰਦਾ ਟਾਈਮ ਸੀ, ਉਹਨੇ ਤੇਲ ਪਵਾ ਕੇ ਗੱਡੀ ਭੱਜ ਗਈ। ਉਹ ਡਰੂ ਗੱਡੀ ਸੀ, ਕੋਈ ਨਹੀਂ ਨਿਕਲਿਆ ਬਾਹਰ, ਤੇਲ ਪਵਾ ਕੇ ਬਸ ਟੱਕਣ ਲੱਗੇ, ਲਾਣ ਭੱਜ ਗਏ। ਹਾਂ, ਉਹਦੇ ਟੱਕਣ ਮਾਰਿਆ, ਉਹਦਾ ਗੱਡੀ ਦਾ ਲਾਈਟ ਟੁੱਟ ਗਈ, ਭੱਜ ਗਿਆ। ਇਹ ਬਸ ਇਹੀ ਕਹਿਣਾ ਚਾਹੁੰਦੇ ਸੀ ਵੀ ਜਿਹੜੀ ਵੀ ਵਾਰਦਾਤ ਹੁੰਦੀ ਹੈ ਬਹੁਤ ਜ਼ਿਆਦਾ, 3-4 ਵਾਰ ਹੋ ਗਈ ਸਾਡੇ ਨਾਲ ਇੱਥੇ, ਅਤੇ ਕੋਈ ਇਸ 'ਤੇ ਐਕਸ਼ਨ ਉਕਸ਼ਨ ਨਹੀਂ ਹੁੰਦਾ ਕੁਝ ਨਹੀਂ। ਹਰ ਵਕਤ ਅੱਜ ਕੱਲ੍ਹ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖਾ ਹੋ ਗਿਆ, ਜੋ ਵੀ ਆਉਂਦਾ ਪਰੇਸ਼ਾਨ ਹੀ ਕਰਦਾ। ਅਸੀਂ ਪੁਲਿਸ PCR ਵਾਲੇ ਸੀ ਬਾਅਦ 'ਚ, ਹੋਰ ਤਾਂ ਨਹੀਂ ਆਏ ਕੋਈ। ਇਹ ਰਾਤ ਸਾਡੇ ਫਿਰ ਇੱਕ ਕਾਰ ਆਈ, ਕਰੂਜ ਗੱਡੀ ਸੀਗੀ, ਉਹਨੇ ਰਾਤ ਤੇਲ ਪਾਉਣ ਵਾਸਤੇ ਆਈ, ਮੁੰਡਾ ਉੱਥੇ ਤੇਲ ਪਾ ਕੇ ਗਿਆ ਹੀ ਹੈ, ਪਾਉਣ ਲੱਗੀ ਹੈ, ਤਾਂ ਉਹਨੇ ਤੇਲ ਪਵਾ ਕੇ ਨਾਲ ਦਾ ਗੱਡੀ 'ਤੇ ਸਲਫ ਮਾਰਿਆ, ਗੱਡੀ ਭੱਜ ਗਈ ਜੀ ਰਾਤ। ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ, 2 ਸਾਲਾਂ 'ਚ 4th-5th ਵਾਰ ਦਾ ਵਾਕਾ ਹੈਗਾ। ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ ਇੱਧਰ HP ਦਾ ਪੰਪ ਲਾਇਆ ਹੋਇਆ, ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਅਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਅਤੇ 1,43,000 ਰੁਪਇਆ ਖੋ ਕੇ ਲੈ ਗਏ ਸੀਗੇ ਉਸ ਵੇਲੇ ਵੀ। ਉਹ ਵੀ 2 ਸਾਲ ਹੋ ਗਏ, ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫੜੇ ਗਏ ਨੇ। ਇੰਨਾ ਬੁਰਾ ਹਾਲ ਹੈ। ਅਸੀਂ ਜਿਹੜਾ ਵੀ ਹੈਗਾ ਜੀ, ਅਸੀਂ ਤਾਂ ਜਿਹੜੀ ਪਹਿਲਾਂ ਅਸੀਂ ਮਾਨ ਸਾਹਿਬ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀਗੀਆਂ, ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ। ਉਦੋਂ ਹੀ ਜ਼ਿਆਦਾ ਗੁੰਡਾਗਰਦੀ ਵਧੀ ਪਈ ਹੈ ਜੀ। ਅਸੀਂ ਤਾਂ ਕਹਿੰਦੇ ਜੇ ਇੱਦਾਂ ਹੀ ਹਾਲਤ ਖਰਾਬ ਹੋਏ, ਅਸੀਂ ਆਪਣੇ ਵਪਾਰ ਬੰਦ ਕਰਕੇ ਇੱਥੋਂ ਛੱਡ ਕੇ ਚਲੇ ਜਾਵਾਂਗੇ, ਇਹੀ ਹਾਲ ਹੈ। ਝੂਠੇ ਪਰਚੇ ਸਭ 'ਤੇ ਦਰਜ ਹੋਈ ਜਾਂਦੇ ਨੇ, ਜਿਹੜੇ ਲੁਟੇਰੇ ਨੇ ਉਹਨਾਂ ਨੂੰ ਕਿਸੇ ਨੂੰ ਫੜਿਆ ਨਹੀਂ ਜਾਂਦਾ। ਇਹ ਤਾਂ ਮੈਂ MLA ਭਰਾ ਸਾਹਿਬ ਨੂੰ ਵੀ ਕਹਿਣਾ ਵੀ ਭਰਾ ਜੀ, ਮੈਡਮ ਸਾਨੂੰ ਮੈਨੂੰ 1976 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ, ਜਿਹਦੇ ਪਹਿਲਾਂ ਕਦੇ ਸਾਡਾ ਕੋਈ ਵਾਕਿਆ ਨਹੀਂ ਹੋਏ ਸੀਗੇ, ਜੇ ਹੁਣ 2 ਸਾਲਾਂ 'ਚ ਸਾਡੇ ਪੰਪਾਂ 'ਤੇ ਲੋਕਾਂ ਨੂੰ ਰਹਿਣਾ ਦੁੱਬਰ ਹੋ ਰਿਹਾ, ਵਪਾਰ ਦਾ ਕੀ ਹਾਲ ਹੋਇਆ ਪਿਆ ਹੈ।